ਪਰ ਉਹ ਨਹੀਂ ਰਿਵਾਇਸ਼ ਤਾਂ ਇਹ ਹੁੰਦੀ ਸੀ ਕਸਟਮਰ ਨੂੰ ਆਰਡਰ ਦੇ ਦਿਆ ਜੇ ਮੈਂ ਠੀਕ ਹੈ ਇੱਥੇ ਮੈਂ ਗੱਲ ਕੀਤੀ ਡਰ ਕੇ ਮੈਂ ਆਰਡਰ ਦਿੱਤਾ ਨਿਜ਼ਾਮਾਬਾਦ ਚੌਂਕ ਕਿੱਥੇ ਇੱਥੋਂ ਇੱਥੋਂ ਦੇ ਗਿਆ ਆਰਡਰ ਅੱਗੋਂ ਜਾ ਕੇ ਨੇ ਮੈਨੂੰ ਫੂਕ ਮਾਰਤਾ ਕਿਹਾ ਪੂਰਾ ਘੰਟਾ ਪੂਰੇ ਮੁਹੱਲੇ ਵਿੱਚ ਫਿਰ ਹੁੰਦੇ ਆ ਦਿਸ਼ਾਨ ਵੀ ਕੌਣ ਹੈ ਉਹਦੇ ਕਿਸੇ ਨੂੰ ਪਤਾ ਹੀ ਹੋ ਗਿਆ ਸਪਲਾਈ ਮਿਲ ਗਿਆ ਇਹ ਫੂਕ ਮਾਰਨ ਵਾਲੇ ਲੇਕਿਨ ਕਸਟਮਰ ਸੋਚਦਾ ਕਿ ਹਰੇ ਉਹ ਕਿੰਨੇ ਕੁ ਮਹੀਨੇ ਅਸੀਂ ਕਸਟਮਰ ਇਹ ਨਹੀਂ ਕਿ ਤੁਹਾਡੇ ਅਸੀਂ ਤੁਹਾਡੇ ਆਡਰ ਆਡਰ ਵੀ ਜਾਂਦੇ ਨੇ ਤੁਹਾਡੇ ਆਡਰ ਲੇਕਿਨ ਤੁਹਾਡਾ ਆਡਰ ਲੈ ਘੱਟਾ ਸਾਡਾ ਫੂਕਾਂ ਦੇ ਲੋਕਾਂ ਨੂੰ ਮੁਦਾਨ ਬਣਾ ਲਿਆ ਚਾਚੀ ਆਡਰ ਕੈਂਸਲ ਘੱਟ ਹੋ ਕੋਈ ਯਾਰ ਚਾਚੂ ਹੋਰਾਂ ਨਾਲ ਬੜਾ ਭੈੜਾ ਦੁੱਖ ਹੋਇਆ ਅਤੇ ਸਾਨੂੰ ਦਿਲੀ ਦੁੱਖ ਹੁੰਦਾ ਕਿਉਂਕਿ ਸਾਡੇ ਅਸੀਂ ਵੀ ਮੁਲਾਜ਼ਮ ਹਾਂ ਠੀਕ ਹੈ ਉਹ ਵੀ ਮੁਲਾਜ਼ਮ ਨੇ ਅਸੀਂ ਵੀ ਮਿਹਨਤ ਕਰਨ ਆਇਆ ਉਹ ਮਿਹਨਤ ਕਰਨ ਆਏ ਨੇ ਠੀਕ ਹੈ ਅਤੇ ਇੰਝ ਨਾ ਕਰਿਆ ਕਰੋ ਮੇਰੇ ਬਾਰਿਸ਼ ਦੇ ਮੌਸਮ ਆ ਉਹ ਸਾਰੇ ਗਿੱਲੇ ਹੋਏ ਨੇ ਵਿਚਾਰੇ ਜੈਕਟ ਜੁਕਟ ਪਾਈ ਹੈ ਅਤੇ ਠੀਕ ਹੈ ਉਹ ਗਿੱਲੇ ਹੋਏ ਨੇ ਭਾਅ ਜੀ ਅਤੇ ਉਹਨਾਂ ਦਾ ਖਿਆਲ ਹੈ ਰਾਈਡਰਾਂ ਤੋਂ ਹੀ ਖਿਆਲ ਕਰਨਾ ਕਸਟਮਰ ਨਹੀਂ ਕਰਨਾ ਹਾਂ ਥੋੜ੍ਹਾ ਕਰਨਾ ਅਸੀਂ ਵੀ ਨਾ ਕਰੇ ਸਿਆਤੀਆਂ ਸਿਆਤੀ ਹੁੰਦੀ ਹੈ ਭਾਅ ਜੀ ਗੱਲ ਕੀਤੀ ਕਿ ਮੈਂ ਆਰਡਰ ਲਾਂਗਾ ਠੀਕ ਹੈ ਜੀ ਜਿਨ ਸਾਹਿਬ ਕਾ ਆਰਡਰ ਹੈ ਉਹਨਾਂ ਨੇ ਕਸੂਰ ਨਹੀਂ ਕੀਆ ਭਾਈ ਇਤਨੀ ਬਾਰਿਸ਼ ਮੇ ਸਖਤ ਬਾਰਿਸ਼ ਮੇ ਗਏ ਔਰ ਗੀਲੇ ਹੋ ਕੇ ਆ ਗਏ ਕਮ ਅਜ਼ ਕਮ ਇਹ ਸੋਚਣਾ ਚਾਹੀਏ ਕਿ ਗਰੀਬ ਆਦਮੀ ਮਜ਼ਦੂਰ ਆਦਮੀ ਆਪਕੀ ਖਿਦਮਤ ਕੇ ਲੀਏ ਬੱਚੋਂ ਕੇ ਲੀਏ ਰੋਜ਼ੀ ਕਮਾਨੇ ਨਿਕਲੇ ਔਰ ਆਦਮੀ ਕੇ ਸਾਥ ਐਸੀ ਜ਼ਿਆਦਤੀ ਕਰੇ ਯਾ ਆਪਕੋ ਸੇਫ ਨਹੀਂ ਦੇਤਾ ਬਿਲਕੁਲ।